ਚਲੋ ਜੀ ਅਸੀਂ ਨਿਕਲ ਚੁੱਕੇ ਹੁਣ ਸਿਸੂ ਦੇਖਦੇ ਸੀ ਜੇ ਸਟੇ ਕਰਦੇ ਹੋ ਜਾਂ ਫਿਰ ਤਾਂਗ ਦਾ ਬਣਾਉਂਦੇ ਪ੍ਰੋਗਰਾਮ ਟਨਲ ਕ੍ਰੋਸ ਕਰੋਗੇ ਤੁਹਾਨੂੰ ਅਸੀਂ ਟਨਲ ਦੇ ਨੇੜੇ ਤੇੜੇ ਜਾ ਕੇ ਦਿਖਾਉਂਦੇ ਹਾਂ ਅਸੀਂ ਰਸਤੇ ਦੇ ਵਿੱਚੋਂ ਜਾ ਰਹੇ ਹਾਂ। ਮੌਸਮ ਬਹੁਤ ਵਧੀਆ ਹੈ ਦੋਸਤੋ, ਅਸੀਂ ਬੱਸ ਪਹੁੰਚ ਗਏ ਹਾਂ ਅਟਲ ਟਨਲ ਦੇ ਨੇੜੇ। ਅਟਲ ਟਨਲ ਇੱਥੋਂ ਬਸ 1.5 ਕਿਲੋਮੀਟਰ ਦਿਖਾ ਰਿਹਾ, ਲੋਕੇਸ਼ਨ ਬਹੁਤ ਵਧੀਆ ਹੈ, ਅੱਛਾ ਵਿਊ ਹੈ, ਤੁਹਾਨੂੰ ਦਿਖਾ ਸਕਦੇ ਹਾਂ। ਦੇਖੋ ਪਹਾੜ ਕਿੰਨੇ ਸੋਹਣੇ ਆ, ਮਜ਼ਾ ਆ ਰਿਹਾ। ਚਲੋ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸੂੰਗਾ ਵੀ ਅਸੀਂ ਕਿੰਨੇ ਵਜੇ ਤੁਰੇ ਹਾਂ, ਕਿੱਥੇ ਅਸੀਂ ਰੁਕੇ ਤੇ, ਅਤੇ ਤੁਸੀਂ ਕਿਹੜੇ ਟਾਈਮਿੰਗ ਇੱਥੇ ਅਟਲ ਟਨਲ ਬਿਨਾਂ ਰਸ਼ ਤੋਂ ਕ੍ਰੋਸ ਕਰ ਸਕਦੇ ਹਾਂ। ਦੇਖੋ ਮਾਊਂਟੇਨਸ ਕਿ ਅਸੀਂ ਅਟਲ ਟਨਲ ਤੱਕ ਸਲਾਂਗ ਵੈਲੀ ਤੋਂ ਅਟਲ ਟਨਲ ਤੱਕ ਅਸੀਂ ਹਾਰਡਲੀ ਹਾਫ ਐਨ ਆਵਰ ਤੱਕ ਅਸੀਂ ਪਹੁੰਚ ਗਏ ਹਾਂ, ਅਤੇ ਹੁਣ ਹੀ ਥੋੜ੍ਹੀ ਦੇਰ 'ਚ ਅਸੀਂ 15-20 ਮਿੰਟ ਦੇ ਵਿੱਚ ਇਹਨੂੰ ਕ੍ਰੋਸ ਕਰੂੰਗਾ ਅਟਲ ਟਨਲ, ਅਤੇ ਤੁਹਾਨੂੰ ਦਿਖਾਉਂਦੇ ਹਾਂ ਉਹਦੇ ਬਾਅਦ ਅੱਗੇ ਅਟਲ ਟਨਲ ਦੇ ਬਾਅਦ ਨਜ਼ਾਰਾ ਤੁਹਾਨੂੰ ਮੈਂ ਪੂਰਾ ਐਕਸਪਲੇਨ ਕਰੂੰਗਾ ਅਸੀਂ ਕਿੱਥੇ ਰੁਕੇ ਹਾਂ ਅਤੇ ਤੁਸੀਂ ਕਿੰਨੇ ਵਜੇ ਤੁਰਨਾ ਤਾਂ ਕਿ ਤੁਹਾਨੂੰ ਜਾਮ ਨਾ ਮਿਲੇ, ਨਾ ਮਨਾਲੀ ਮਿਲੇ, ਨਾ ਮਿਲੇ ਤੁਹਾਨੂੰ ਇੱਥੇ ਆਪਣਾ ਅਟਲ ਟਨਲ ਕ੍ਰੋਸ ਕਰਕੇ ਅਟਲ ਟਨਲ। ਅਤੇ ਚਲੋ ਠੀਕ ਹੈ, ਹੁਣ ਤੁਹਾਨੂੰ ਅਟਲ ਟਨਲ ਦੇ ਨੇੜੇ ਮਿਲਦੇ ਹਾਂ ਅਤੇ ਕ੍ਰੋਸ ਕਰਕੇ ਫਿਰ ਅੱਗੇ ਬਲੌਗ ਕੰਟੀਨਿਊ ਕਰਦੇ ਹਾਂ। ਜੀ ਅਸੀਂ ਪਹੁੰਚ ਗਏ ਅਟਲ ਟਨਲ, ਤੁਹਾਨੂੰ ਅਟਲ ਟਨਲ ਦੇ ਹੁਣ ਕਰਾਉਂਦੇ ਸੀ ਦਰਸ਼ਨ। ਦੇਖੋ ਦੋਸਤੋ ਬਾਹਰ ਦੇ ਨਜ਼ਾਰੇ, ਦੇਖੋ ਅਟਲ ਟਨਲ ਨੂੰ ਧਿਆਨ ਦੇ ਐਂਟਰੀ ਕਰ ਗਏ ਆਪਾਂ। 40 ਦੀ ਸਪੀਡ ਲਿਮਿਟ ਹੈ ਇੱਥੇ, 40 ਤੋਂ ਜ਼ਿਆਦਾ ਨਹੀਂ ਕਰਨੀ, ਕੈਮਰੇ ਲੱਗੇ ਆ ਇਹਦੇ ਵਿੱਚ, ਚਲਾਨ ਹੋ ਸਕਦੇ। ਲਓ ਜੀ ਸਪੀਡ ਲਿਮਿਟ ਹੋ ਗਈ ਹੁਣ 60, ਤੁਸੀਂ 60 ਤੇ ਵੀ ਚਲਾ ਸਕਦੇ ਗੱਡੀ, ਪਹਿਲਾਂ 30 40 ਅਤੇ ਹੁਣ ਹੈਗੀ 60। ਟਨਲ ਬਹੁਤ ਵਧੀਆ, ਪਿੱਛੇ ਤਾਂ ਨਹੀਂ ਰਹੀ ਦੇ ਵਿੱਚ, ਹੁਣ ਥੋੜ੍ਹੀਆਂ ਲਾਈਟਾਂ ਆਈਆਂ, ਕੈਮਰੇ ਕੂਮਰੇ ਲੱਗਦੇ ਤਾਂ ਹੈ ਨਹੀਂ, ਪੈਸੇ ਲੱਗੇ ਵੀ ਆ, ਪਰ ਉਹ ਸਪੀਡ ਲਿਮਿਟ। ਲਓ ਜੀ ਅਟਲ ਟਨਲ ਰਹਿ ਗਈ 1 ਕਿਲੋਮੀਟਰ ਵਾਲੇ, ਤੁਸੀਂ ਦੇਖ ਸਕਦੇ ਹਾਂ ਲਿਖਿਆ ਹੋਇਆ। ਲਓ ਅਸੀਂ ਅਟਲ ਟਨਲ ਕ੍ਰੋਸ ਕਰ ਲਈ, ਅਟਲ ਟਨਲ ਕ੍ਰੋਸ ਕਰਕੇ ਵਿਊ ਤਾਂ ਬਹੁਤ ਸੋਹਣਾ, ਤੁਹਾਨੂੰ ਦਿਖਾਉਂਦਾ ਮੈਂ। ਦੇਖੋ ਇੱਕ ਮਿੰਟ।
ਦੇਖੋ ਇਹ ਰਸਤਾ ਜਾਂਦਾ ਕਾਰਗਿਲ ਲੇਹ ਨੂੰ ਤੇ ਉਹ ਰਸਤਾ ਜਾ ਰਿਹਾ ਰੋਹਤਾਂਗ ਨੂੰ। ਇਹ ਦੇਖਦੇ ਹਾਂ ਲੋਕੇਸ਼ਨ ਤਾਂ ਵਧੀਆ ਵੈਸੇ, ਦੇਖਦੇ ਹਾਂ ਅਸੀਂ ਕਿੱਥੇ ਰੁਕਦੇ ਹਾਂ। ਅੱਜ ਸਾਡਾ ਰੁਕਣੇ ਦਾ ਪਲੈਨ ਵੈਸੇ ਸਿਸੂ 'ਚ ਹੈ, ਆਪਣਾ ਇੱਕ ਮਿੱਤਰ ਹੈ ਯੂਟਿਊਬਰ ਹੈ ਚੰਡੀਗੜ੍ਹ ਦਾ, ਵੈਸੇ ਤਾਂ ਬੇਸਿਕਲੀ ਤਾਂ ਨੰਗਲ ਦਾ ਹੈ ਉਹ, ਉਹਦਾ ਚੈਨਲ ਵੀ ਤੁਹਾਨੂੰ ਸ਼ੇਅਰ ਕਰੂੰਗਾ ਇੰਸਟਾਗ੍ਰਾਮ 'ਤੇ, ਸਟਾਰ ਹੈ ਪੂਰਾ ਵੱਡਾ ਆਪਣਾ। ਅਤੇ ਉਹ ਵੀ ਰਾਤ ਮਤਲਬ ਕਿ ਸਿਸੂ ਆ ਕੇ ਰੁਕੇ ਅਤੇ ਅਸੀਂ ਵੀ ਉਹਨਾਂ ਕੋਲ ਜਾ ਕੇ ਉਹਨਾਂ ਬੁਲਾਇਆ, ਸਾਨੂੰ ਇਨਵਾਈਟ ਕਰਿਆ, ਕਹਿੰਦੇ ਆਓ ਦੇਖਦੇ ਹਾਂ, ਵੈਸੇ ਤਾਂ ਪੈਕ ਹੈ ਕੋਈ ਜਗਾੜਮੈਂਟ ਕਰਦੇ ਹਾਂ। ਚਲੋ ਮਿਲਦੇ ਹਾਂ ਜਾ ਕੇ ਅੱਗੇ। ਫਿਰ ਲਓ ਜੀ ਅਸੀਂ ਅੱਡਾ ਟਨਲ ਕ੍ਰੋਸ ਕਰਕੇ ਲੇਹ ਵਾਲੇ ਰਸਤੇ ਨੂੰ ਆਏ ਹਾਂ। ਅੱਗੇ ਆਪਣਾ ਯਾਰ ਦੋਸਤ ਹੈ ਇੱਕ, ਨਹੀਂ ਤਾਂ ਤੁਹਾਨੂੰ ਦੱਸਿਆ ਤਾਂ ਪਹਿਲਾਂ ਯੂਟਿਊਬਰ ਹੈ, ਉਹਨੇ ਸਾਡੇ ਕੈਂਪਸ ਵਗੈਰਾ ਕਰੇ ਹੈ ਬੁੱਕ। ਉਸ ਤੋਂ ਬਾਅਦ ਅਸੀਂ ਸਨੋਅ ਦੇਖਣ ਵਾਸਤੇ 12 ਲਾਚਾਂ ਸ਼ਾਇਦ ਬਣਾਉਂਗੇ ਪ੍ਰੋਗਰਾਮ ਅੱਜ, ਅਤੇ ਤੁਹਾਨੂੰ ਦਿਖਾਉਂਦੇ ਹਾਂ ਉਹ ਵਿਊ ਦੇਖੋ ਕਿੰਨੇ ਮਸਤ ਹੈ ਨਜ਼ਾਰਾ ਆ ਰਿਹਾ। ਦੇਖੋ ਉਹ ਸਾਹਮਣੇ ਦਿਖ ਰਿਹਾ, ਦੇਖੋ ਸਨੋਅ ਉੱਪਰ ਮਤਲਬ ਉਹ ਵੀ 12 ਲਾਚਾਂ, ਸਾਨੂੰ ਪਤਾ ਤਾਂ ਹੈ ਨਹੀਂ ਇੱਧਰ ਦਾ, ਤੁਸੀਂ ਪਹਿਲੀ ਵਾਰ ਆਏ ਸੀ। ਸ਼ੀਸ਼ੂ ਐਂਟਰ ਕਰਨੇ ਵਾਲੇ ਆ, 2 ਕਿਲੋਮੀਟਰ ਰਹਿ ਗਿਆ। ਦੇਖਦੇ ਸ਼ੀਸ਼ੂ ਤੁਹਾਨੂੰ ਥੋੜ੍ਹਾ ਬਹੁਤਾ ਖੜ ਪੁੱਕ ਕੇ ਖਾ ਕੇ, ਨਿਆਣੇ ਬੱਚਿਆਂ ਸਾਡਿਆਂ ਨੂੰ ਭੁੱਖ ਲੱਗੀ ਹੈ, ਖਾ ਪੀ ਕੇ ਫਿਰ ਅੱਗੇ ਚੱਲਦੇ ਜਿੱਥੇ ਸਾਡੀ ਡੈਸਟੀਨੇਸ਼ਨ ਰੁਕਣੇ ਦੀ। ਉਸ ਤੋਂ ਬਾਅਦ 12 ਲੱਖ ਦਾ ਬਣਾਉਂਦੇ ਪ੍ਰੋਗਰਾਮ, ਜਦੋਂ ਤੁਹਾਨੂੰ ਵਿਊ ਦਿਖਾਉਂਦੇ ਆ, ਦੇਖੋ ਨੀਚੇ ਟੈਂਟ ਵੀ ਲੱਗੇ, ਬੜੀ ਘੈਂਟ ਲੋਕੇਸ਼ਨ ਹੈ। ਬੈਲੂਨ
ਕਰਕੇ ਅਸੀਂ ਬ੍ਰੇਕਫਾਸਟ ਕਰਦੇ ਹਾਂ, ਫਿਰ ਮੀਟਿੰਗ ਕਰ ਲਵਾਂਗੇ। ਤੁਸੀਂ ਆ ਜਾਓ ਨਜ਼ਾਰੇ ਵਿਊ ਦੇ। ਜੀ ਅਸੀਂ ਟਾਂਡੀ ਪਹੁੰਚ ਗਏ, ਟਾਂਡੀ ਵਿਲੇਜ। ਇੱਥੇ ਬੜੇ ਹੀਟਿੰਗ ਪੁਆਇੰਟਸ ਹੈ, ਪੈਟਰੋਲ ਪੰਪ ਵੀ ਹੈ, ਦੇਖਦੇ ਉੱਥੇ ਖਾਂਦੇ ਕੁਛ। ਚਲੋ ਆਓ ਵਿਊ ਬਹੁਤ ਘੈਂਟ ਹੈ ਯਾਰ, ਵਿਊ ਇਹਦੇ ਵਰਗਾ ਤਾਂ ਹੈ ਨਹੀਂ ਕਿਤੇ। ਬਹੁਤ ਸੋਹਣਾ ਵਿਊ ਹੈ, ਉੱਚੇ ਉੱਚੇ ਮਾਊਂਟੇਨਸ, ਵੱਡਾ ਵੱਡਾ ਬਹੁਤ ਵਧੀਆ ਲੋਕੇਸ਼ਨ ਹੈ। ਸਾਰੇ ਸਾਡੇ ਬੰਦੇ ਇੱਥੇ ਹੀ ਖੜ੍ਹੇ ਹਾਂ, ਅੱਜ ਤੁਹਾਨੂੰ ਦਿਖਾਉਂਦਾ ਮੈਂ। ਚਲੋ ਕੁਛ ਖਾਂਦੇ ਹਾਂ, ਖਾਣੇ ਤੋਂ ਬਾਅਦ ਫਿਰ ਦੁਬਾਰਾ ਮਿਲਦੇ ਹਾਂ, ਜਰਨੀ ਸਟਾਰਟ ਕਰਦੇ ਹਾਂ। ਉਹ ਜੀ ਅਸੀਂ ਖਾਣੇ ਪੀਣੇ ਵਾਸਤੇ ਰੁਕੇ ਹਾਂ, ਅਤੇ ਖਾਣੇ ਪੀਣੇ ਦੀ ਜਿਹੜੀ ਸ਼ੌਪ ਉਹਦੇ ਬੈਕ ਸਾਈਡ 'ਤੇ ਵਿਊ ਤੁਹਾਨੂੰ ਦਿਖਾਉਂਦੇ ਹਾਂ, ਬੜਾ ਘੈਂਟ ਵਿਊ ਹੈ। ਅਤੇ ਨਿਆਣੇ ਸਾਡੇ ਨਾਲੇ ਨਾਲ ਆ, ਦੇਖੋ ਇਹਨੇ ਟਿਕਦੇ ਕਿਸੇ ਦੇ ਵੀ ਨਾਮ ਹੈਗਾ ਏ ਚਨਾਬ ਹੈ ਸ਼ਾਇਦ। ਇਹ ਪੈਟਰੋਲ ਪੰਪ ਹੈ ਇੱਥੇ, ਟਾਂਡੀ ਵਿਲੇਜ ਹੈ, ਟਾਂਡੀ 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 ਵਿਲੇਜ। ਲਓ ਜੀ ਬ੍ਰੇਕਫਾਸਟ ਕਰਕੇ ਅਸੀਂ ਨਿਕਲ ਗਏ ਟਾਂਡੀ, ਪੈਟਰੋਲ ਪੰਪ ਦੇ ਨਾਲ ਅਸੀਂ ਬ੍ਰੇਕਫਾਸਟ ਕਰਿਆ, ਅਤੇ ਹੁਣ ਅੱਗੇ ਦਾ ਵਿਊ ਦੇਖੋ, ਤਾਂ ਸ਼ਿਮਲਾ ਪਾਸ ਵਾਸਤੇ ਜਾ ਰਹੇ ਹਾਂ, ਸਨੋਅ ਦੇਖਣ ਵਾਸਤੇ, ਅਗਰ ਹੋਇਆ ਕੋਈ ਆਈਸ ਬੈਰ। ਅਤੇ ਇਹਨਾਂ ਤੁਸੀਂ ਦੇਖੋ ਸਾਹਮਣੇ ਵਿਊ, ਦੇਖੋ ਖੱਬੇ ਪੱਖੇ ਰੋਡ ਬਹੁਤ ਮਸਤ ਹੈ, ਸਾਫ਼ ਸੁਥਰਾ ਰੋਡ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਪੈਟਰੋਲ ਪੰਪ ਵੀ ਹੈ, ਲੋਕ ਇੱਥੇ ਪਾਗਲ ਬਣਾਉਂਦੇ ਆ, ਕਹਿੰਦੇ ਉੱਥੇ ਪੈਟਰੋਲ ਪੰਪ ਨਹੀਂ ਹੈ, ਖਾਣੇ ਪੀਣੇ ਲਈ ਨਹੀਂ ਹੈ, ਰੂਮ ਨਹੀਂ ਮਿਲਦੇ, ਕਿਸੇ ਵੀ ਗੱਲਾਂ ਚਾਰੇ ਦੀ ਲੋੜ ਨਹੀਂ ਹੈ, ਕਿਸੇ ਦੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਹੈ, ਸਭ ਕੁਛ ਮਿਲਦਾ, ਸਭ ਕੁਛ ਅਵੇਲੇਬਲ। ਅਸੀਂ ਅੱਜ ਦੀ ਡੇਟ ਦੇ ਵਿੱਚ ਟਰੈਵਲ ਕਰ ਰਹੇ ਹਾਂ, ਅੱਜ ਹੈਗੀ ਹੈ 16 ਤਰੀਕ ਅੱਜ 16 ਜੀ। ਅਸੀਂ ਪਹੁੰਚ ਗਏ ਹਾਂ ਜਿਸਪਾ, ਕਿਆ ਪਤਾ ਅਸੀਂ ਆਉਂਦੇ ਹੋਏ ਜਿਸਪਾ 'ਚ ਹੀ ਸਟੇ ਕਰੀਏ, ਬਾਕੀ ਦੇਖਦੇ ਹਾਂ। ਬਹੁਤ ਸੋਹਣੀ ਲੋਕੇਸ਼ਨ ਹੈ ਜਿਸਪਾ ਦੀ, ਟੈਂਟੀ ਟੈਂਟ ਹੈ ਇੱਥੇ, ਵੀ ਕਿਤੇ ਵੀ ਕੈਂਪਿੰਗ ਕਰ ਸਕਦੇ। ਮੇਰੇ ਹਿਸਾਬ ਨਾਲ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਅਵੇਲੇਬਿਲਟੀ ਹੋਣੀ ਚਾਹੀਦੀ। ਬਾਕੀ ਆ ਕੇ ਚੈੱਕ ਕਰੂੰਗਾ ਇੱਕ ਵਾਰੀ, ਹਲੇ ਅਸੀਂ ਦੇਖ ਲਈਏ ਪਹਿਲਾਂ ਬੱਚਿਆਂ ਨੂੰ, ਅਸੀਂ ਸਿੰਪਲ ਦੇ ਦਰਸ਼ਨ ਕਰਵਾ ਦਈਏ ਸਿੰਪਲਾ ਪਾਸ 'ਚ। ਬੜਾ ਘੈਂਟ ਹੈ, ਲੋਕੇਸ਼ਨ ਤਾਂ ਬੜੀ ਘੈਂਟ ਹੈ।
ਦੋਸਤੋ ਲੰਬੇ ਸਫ਼ਰ ਤੋਂ ਬਾਅਦ ਅਸੀਂ ਇੱਕ ਛੋਟਾ ਜਿਹਾ ਹੋਟਲ ਲਿੱਤਾ, ਕਾਫ਼ੀ ਹਾਈ ਅਲਟੀਟਿਊਡ 'ਤੇ ਅਸੀਂ ਪਹੁੰਚ ਚੁੱਕੇ ਸੀ। ਇਸ ਤੋਂ ਬਾਅਦ ਆਕਸੀਜਨ ਦੀ ਬਹੁਤ ਕਮੀ ਸੀ, ਜਿਸ ਕਰਕੇ ਅਸੀਂ ਆਪਣਾ ਦਬਾਅ ਅੱਗੇ ਕੰਟੀਨਿਊ ਨਹੀਂ ਕਰ ਸਕਦੇ, ਕਿਉਂਕਿ ਬੋਲਣ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਸਾਨੂੰ। ਇਸ ਕਰਕੇ ਕੈਮਰਾ ਯੂਜ਼ ਨਹੀਂ ਕਰ ਪਾਇਆ, ਕਿਉਂਕਿ ਥੋੜ੍ਹੀ ਥੋੜ੍ਹੀ ਦੇਰ ਬਾਅਦ ਸਾਨੂੰ ਪਾਣੀ ਅਤੇ ਚੋਕਲੇਟ ਵਗੈਰਾ ਦਾ ਲੈਣਾ ਪੈ ਰਿਹਾ, ਪਰ ਅੱਗੇ ਵਾਲੇ ਵਿਊ ਸਾਨੂੰ ਅਸੀਂ ਸ਼ੋਟ ਦੇ ਜ਼ਰੀਏ ਦਿਖਾਉਂਗੇ। ਥੈਂਕ ਯੂ।